Thank you.
ਜਿਸ ਵਿੱਚ ਗੁਰਦੁਆਰਾ ਸਾਹਿਬ ਜੀ ਦਾ ਹਜੂਰੀਆ ਵੀ ਜਥਾ ਭਾਈ ਨਵਨੀਤ ਸਿੰਘ ਅਤੇ ਉਹਨਾਂ ਤੋਂ ਬਾਅਦ ਸਾਡੇ ਸਤਿਕਾਰਯੋਗ ਪਦਮ ਸ੍ਰੀ ਸਰਦਾਰ ਭਾਈ ਨਿਰਮਲ ਸਿੰਘ ਜੀ ਖਾਲਸਾ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਅਰਦਾਸ ਬੇਨਤੀ ਕੀਤੀ ਹੈ ਸਭ ਨੇ ਮਿਲ ਕੇ ਦੇਹੋ ਸੱਜਣ ਅਸਿਸੜੀਆਂ ਜੋ ਹੋਵੇ ਸਭ ਸਿਓ ਦੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਸਾਹਿਬ ਸਰਦਾਰ ਅਜੀਤ ਸਿੰਘ ਸ਼ੇਖੀ ਤਿੰਨਾਂ ਵੱਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਨ। ਗੁਰੂ ਚਰਨਾਂ ਵਿੱਚ ਅਰਦਾਸ ਹੈ ਸਤਿਗੁਰੂ ਜੀ ਸਿੱਖੜੀ ਰੂਪ ਦਾ ਚਰਨ ਪਾਠ ਸਤਿ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ। ਅੱਜ ਅਸੀਂ ਸਤਿਕਾਰਯੋਗ ਮਾਮਾ ਸਰਦਾਰ ਕਿਸ਼ਨ ਸਿੰਘ ਜੀ ਦੀ ਆਤਮਕ ਸ਼ਾਂਤੀ ਲਈ ਇਕੱਠੇ ਹੋ ਕੇ ਅਰਦਾਸ ਕਰਕੇ ਕਾਲਪੁਰਖ ਕਿਰਪਾ ਕਰੇ, ਉਹਨਾਂ ਨੂੰ ਆਪਣੇ ਚਰਨਾਂ ਦੇ ਨਵਾਜ ਕਰੇ ਅਤੇ ਉਹਨਾਂ ਦੀ ਆਤਮਕ ਸ਼ਾਂਤੀ। ਸਭ ਤੋਂ ਪਹਿਲਾਂ ਮੈਂ ਭਾਈ ਨਿਰਮਲ ਸਿੰਘ ਜੀ, ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਜੂਰੀ ਰਾਗੀ ਜੋ ਸੁਰ ਅਤੇ ਸੰਗੀਤ ਦਾ ਸੁਮੇਲ ਉਸਤਾਦ ਕਲਾਸੀਕਲ ਚ ਆਪਣੀ ਬਿਰਾਦਵੇਂ ਗਵਾਣੀ 'ਚ ਬੜੀ ਸੋਚ ਨਾਲ ਜੋ ਸ਼ਬਦ ਪੜ੍ਹੇ ਆ ਸਾਨੂੰ ਜਾਗਰੂਕ ਕੀਤਾ ਕਿ ਅਸੀਂ ਇੱਕ ਪਰਮਾਤਮਾ ਨਾਲ ਪਿਛੜੇ ਬਿਰਾਮ ਅਸੀਂ ਗ੍ਰਹਿਾਂ 'ਚ ਕੋਇਲ ਮੰਗ ਪੁਟਲਾ ਰਹੇ ਹਾਂ ਪਪੀਹੇ ਨੂੰ ਬੋਲ ਰਹੇ ਹਾਂ, ਅਸੀਂ ਉਸ ਆਤਮਾ ਨਾਲ ਸੁਮੇਲ ਕਰ। ਬਾਬਾ ਫਰੀਦ ਜੀ ਨੇ ਲਿਖਿਆ, ਪ੍ਰੀਤਾ ਜਿੱਤ ਦਿਹਾੜੇ ਧਰਮ ਬਰੇ ਸਾਹਾ ਲੈ ਲਿਖਾਏ ਮਲਕ ਜੋ ਕੰਨੀ ਸੁਣੀਦਾ ਮੂੰਹ ਦਿਖਾਏ ਆਦੇ ਜਿੰਦ ਪੁੱਤੀ ਮਰਨ ਵੱਲ ਲੈ ਜਾ ਸੀ ਪੜਾਏ ਆਪਣੇ ਹੱਥੀਂ ਜੋੜ ਕੇ ਕੈਂਡਲ ਲੱਗੇ ਪਾਇਆ। ਅਸੀਂ ਸਾਰੇ ਨੇ ਚਲੇ ਜਾਓ, ਅਸੀਂ ਇੱਕ ਡਰਾਮੇ ਦੇ ਵੀ ਆਏ ਕਈਆਂ ਨੂੰ ਦੁਨੀਆਂ ਪਾਉਂਦੇ। ਸੋ ਇਹ ਇੱਕ ਸਾਡੀ ਕਲਾ ਅਸੀਂ ਆਪਣੇ ਪਿਛੋਕ ਵਿੱਚ ਛੱਡ ਜਾਣੀ। ਮੈਂ ਨਾਨਕ ਕਰਤਾਰ ਕਹਿੰਦਾ ਹੋਇਆ ਸਾਡੇ ਵਿੱਚ ਬੁਲਾ ਰਿਹਾ, ਬੜਾ ਸੰਖੇਪ ਜਿਹਾ ਪ੍ਰੋਗਰਾਮ ਹੈ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਕਰਤਾਰ ਸਿੰਘ ਜੀ ਲਾਡੀ ਮੈਂਬਰ ਮੈਟਰ ਸਪੀਕਰ ਅਸੈਂਬਲੀ ਜੀ ਪੰਜਾਬ ਮੁਕਤਸਰ ਲਾਭ ਕਰਦੇ ਸੀ ਕਰਤਾਰ ਜੀ ਕਰਤਾਰ ਪ੍ਰੇਮ ਜੀ ਜਦੋਂ ਖਜ਼ਾਨਾ ਸਾਡੇ ਕੋਲ ਘੱਟਦਾ ਉਹਦਾ ਸਮੇਂ ਸਮੇਂ ਨੁਕਸਾਨ ਹੁੰਦਾ।
ਜੋ ਸਾਨੂੰ ਬਹੁਤ ਵੱਡਾ ਪਰਿਵਾਰ ਵਧੀਆ ਪਰਿਵਾਰ ਸਾਨੂੰ ਦੇ ਕੇ ਗਏ ਮੇਰੇ ਵੱਡੇ ਵੀਰ ਸਾਹਿਬ ਗੁਰੂ ਰਾਜ ਸਿੰਘ ਮਿੱਤਲ ਜੀ ਜਿਹਨਾਂ ਨਾਲ ਸਾਹ ਪਿਆਰ ਆ ਸਾਰੇ ਪਰਿਵਾਰਾਂ ਨਾਲ ਔਰ ਮੈਂ ਵੇਖਿਆ ਨਿਜ ਸਾਹਿਬ ਇਹ ਕਈ ਵਾਰ ਆਪਣਾ ਨੁਕਸਾਨ ਕਰਕੇ ਵੀ ਦੂਸਰੇ ਦਾ ਫਾਇਦਾ ਕਰ ਜਾਂਦੇ ਆ ਇਹ ਸੋਚ ਕਿੱਥੋਂ ਮਿਲੀ ਇਹ ਸੋਚ ਇਹਨਾਂ ਬਜ਼ੁਰਗਾਂ ਨੂੰ ਆਈ ਔਰ ਉਹਨਾਂ ਬਜ਼ੁਰਗਾਂ ਦੇ ਦਿੱਤੇ ਹੋਏ ਸੰਸਕਾਰ ਜਿਹੜੇ ਆ ਉਹ ਪੀੜ੍ਹੀ ਦਰ ਪੀੜ੍ਹੀ ਅੱਗੇ ਜਾ ਰਹੇ ਆ ਸਾਡੀ ਭੈਣ ਹਰਜਿੰਦਰ ਕੌਰ ਜੀ ਜਿਹੜੇ ਅੱਜ ਬਹੁਤ ਵਧੀਆ ਪਰਿਵਾਰ 'ਚ ਬੜਾ ਪਿਛਲੇ ਸਮੇਂ ਬੜਾ ਵੱਡਾ ਉਸ ਗੱਲ ਦਾ ਵੀ ਕਰਨਾ ਪਿਆ ਬਜ਼ੁਰਗਾਂ ਨੂੰ ਸਾਡੇ ਅਮਰਿੰਦਰ ਭਾਜੀ ਜੀ ਜਦੋਂ ਸਾਨੂੰ ਸਾਰਿਆਂ ਨੂੰ ਸਦੀ ਵੀ ਵਿਛੋੜਾ ਦੇ ਕੇ ਪਰਮਾਤਮਾ ਦੇ ਚਰਨਾਂ ਵਿੱਚ ਆ ਰਜ ਸੋ ਇਸ ਕਰਕੇ ਇਹ ਵੀ ਦੁੱਖ ਮਾਪਿਆਂ ਨੇ ਬਹੁਤ ਵੱਡਾ ਹੁੰਦਾ ਸੋ ਅੱਜ ਮੈਂ ਆਪਾਂ ਸਾਰੇ ਰਲ ਕੇ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋ ਰਹੇ ਹਾਂ ਮੈਂ ਸੱਚੇ ਪਾਤਸ਼ਾਹ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਪਰਮਾਤਮਾ ਇਸ ਪਰਿਵਾਰ 'ਤੇ ਮਿਹਰ ਪਰਿਆਸ ਰੱਖਣ ਪਿਆਰ ਅਤਫਾਕ ਬਖਸ਼ ਇਹ ਪਰਿਵਾਰ 'ਤੇ ਦੁੱਖਣੀ ਰਾਹ 'ਚ ਔਖਣੀ ਤਰੱਕੀ ਕਰੇ ਔਰ ਬਜ਼ੁਰਗਾਂ ਦੇ ਦੱਸੇ ਹੋਏ ਰਸਤੇ 'ਤੇ ਚੱਲਦਾ ਰਹੇ ਅਖੀਰ ਵਿੱਚ ਬੇਨਤੀ ਕਰਦਾ ਸੱਚੇ ਪਾਤਸ਼ਾਹ ਪਰਮਾਤਮਾ ਦੇ ਚਰਨਾਂ 'ਚ ਸਤਿਕਾਰਯੋਗ ਸਾਰੇ ਬਜ਼ੁਰਗਾਂ ਨੂੰ ਆਪਣੇ ਚਰਨਾਂ 'ਚ ਨਿਵਾਸਤਾ ਬਖਸ਼ਣਾ ਸਾਨੂੰ ਸਾਰਿਆਂ ਨੂੰ ਪਾੜਾ ਮੰਨਣ ਦਾ ਬਾਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਰ ਇੱਕ ਮਾਂ ਪਿਓ ਅਜਿਹੇ ਆ ਜਿਹੜੀ ਆਪਣੀ ਆਖਰੀ ਅਹੁਤੀ ਤੱਕ ਉਹ ਕਹਿੰਦੇ ਵੀ ਮੇਰੇ ਬੱਚੇ ਮੇਰੇ ਨਾਲ ਉੱਪਰ ਜਾਣ ਅਗਰ ਮੈਂ ਅੱਗੇ ਪੜ੍ਹਿਆ ਤਾਂ ਪੀ ਐਚ ਡੀ ਹੋਣ ਅਗਰ ਮੇਰੇ ਕੋਲ 1 ਲੱਖ ਤਾਂ ਉਹਦੇ ਕੋਲ ਕਰੋੜ ਹੋ ਗਏ ਮੇਰੇ 10 ਖੇਤਾਂ ਉਹਦੇ 100 ਖੇਤ ਆਖਰੀ ਵਕਤ ਤੱਕ ਆਖਰੀ ਸਮੇਂ ਤੱਕ ਉਹਨੂੰ ਇਹ ਮੁੱਖ ਮਹਿਮਾ ਨਹੀਂ ਛੁੱਟੀ ਅਤੇ ਆਪਣੇ ਬੱਚਿਆਂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਜਿਹੜਾ ਇਹੋ ਜਿਹੇ ਬਾਪ ਇਹੋ ਜਿਹੇ ਮਾਂ ਦੇ ਜੋ ਸਭ ਨੇ ਇੱਕ ਬਹੁਤ ਹੀ ਵੱਡੀ ਦੁੱਖ ਦੀ ਗੱਲ ਹੈ ਮੈਂ ਬੇਨਤੀ ਕਰੂੰਗਾ ਸਾਡੇ ਵਿੱਚ ਕਮਲਜੀਤ ਸਿੰਘ ਜੀ ਲਾਲੀ ਐਕਸ ਮਿਨਿਸਟਰ ਪੰਜਾਬ ਸਾਧ ਸੰਗਤ ਫਤਿਹ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੇਰਾ ਛੋਟਾ ਵੀ ਜਿਹਨੂੰ ਕੁਝ ਰਾਜ ਕਹਿੰਦੇ ਆ ਪਰ ਅਸੀਂ ਪਿਆਰ ਦੇ ਨਾਲ ਰਾਜ ਕਹਿੰਦੇ ਉਹ ਤਾਂ ਮੈਨੂੰ ਹੁਣ ਪੇਪਰ 'ਤੇ ਪਤਾ ਲੱਗਾ ਵੀ ਰਾਜ ਦਾ ਨਾਂ ਕੋਈ ਰਾਜ ਹੈ ਕਿਉਂਕਿ ਸਾਰੇ ਇਲਾਕੇ 'ਚ ਇਹ ਪਤਾ ਅਤੇ ਰਾਜ ਆਇਆ ਰਾਜ ਚਲਾ ਗਿਆ ਉਹਨਾਂ ਦੇ ਫਾਦਰ ਸਵਾਮੀ ਕਿਸ਼ਨ ਸਿੰਘ ਹੋਣੀ ਜਿਹੜੇ ਪਰਿਵਾਰ ਨੂੰ ਵਿਛੋੜਾ ਦੇ ਗਏ ਨੇ ਉਹਨਾਂ ਦੀ ਅੰਤਮ ਅਰਦਾਸ ਇਕੱਤਰ ਹੋਈ ਜਾਣਾ ਸਭਨਾਂ ਨੇ ਪਰ ਜੋ ਸਾਹ ਕਿਸ਼ਨ ਸਿੰਘ ਹੋਣੀ ਆਪਣੀ ਉਮਰ ਭੋਗ ਕੇ ਗਏ ਨੇ ਅਸੀਂ ਘਰ ਬੈਠੇ ਸੀ ਮੈਂ ਅਤੇ ਰਾਜ 3 ਦਿਨ ਪਹਿਲਾਂ ਗੱਲ ਕਰਦੇ ਸੀ ਵੀ ਇੰਨੀ ਏਜ ਦੇ ਵਿੱਚ ਵੀ ਸਕੂਟਰ 'ਤੇ ਜਾਣਾ ਆਦਮ ਉਹਨਾਂ ਨੂੰ ਘੁੰਮ ਫਿਰ ਕੇ ਆਪਣਾ ਸਮਾਨ ਸਮੂਹ ਲੈ ਕੇ ਅਤੇ ਚੁੱਪ ਕਰੀ ਘਰ ਆ ਜਾਣਾ ਇੰਨੀ ਉਮਰ 'ਚ ਬੰਦਾ ਵੇਖਦਾ ਇੱਕ ਦੂਜੇ ਨੂੰ ਆਸਰਾ ਲੈਂਦਾ ਵੀ ਮੈਂ ਕਿਤੇ ਪੋਤੇ ਨੂੰ ਕਹਿ ਰਿਹਾ ਜਾਂ ਬੇਟੇ ਨੂੰ ਕਹਿ ਰਿਹਾ ਮੈਨੂੰ ਲੈ ਚੱਲ ਪਰ ਉਹ ਆਪਣਾ ਸਹੀ ਸਲਾਮਤ ਆਪਣੀ ਏਜ ਭੁਗਤ ਕੇ ਔਰ ਪੂਰਾ ਸਾਰਿਆਂ ਨਾਲ ਪਿਆਰ ਖੱਟ ਕੇ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਮੇਰੇ ਵੀਰ ਲਾਲੀ ਜੀ ਹੁਣੀ ਬੋਲਿਆ ਅਤੇ ਪਾਕਿਸਤਾਨ ਤੋਂ ਆ ਕੇ ਇੱਥੇ ਇੰਨਾ ਸੰਘਰਸ਼ ਕੀਤਾ ਔਰ ਬਹੁਤ ਜ਼ਿਆਦਾ ਮਿਹਨਤ ਕਰਕੇ ਪਰਿਵਾਰ ਨੂੰ ਇੱਥੇ ਤੱਕ ਪਹੁੰਚਾਇਆ ਇਸ ਪਰਿਵਾਰ ਨਾਲ ਮੇਰਾ ਬਹੁਤ ਜ਼ਿਆਦਾ ਪੁਰਾਣਾ ਨਾਤਾ ਰਾਜ ਦੇ ਮਾਮਾ ਜੀ ਜਗਵਿੰਦਰ ਸਿੰਘ ਸੋਹੀ ਪਿੰਡ ਤੋਂ ਜਿਹੜੇ ਮੇਰੇ ਨਾਲ ਸਰਪੰਚ ਰਹੇ ਨੇ ਅਸੀਂ ਇਕੱਠੇ ਹੀ ਬੜਾ ਜ਼ਿਆਦਾ ਕਾਂਗਰਸ ਪਾਰਟੀ 'ਚ ਅਸੀਂ ਕੰਮ ਕੀਤਾ ਮੈਂ ਯੂਨੀਅਨ ਦਾ ਪ੍ਰਧਾਨ ਸੀ ਮੇਰੇ ਤੋਂ ਮਗਰੋਂ ਫਿਰ ਇਹਨਾਂ ਨੂੰ ਅਸੀਂ ਬਣਾਇਆ ਅਤੇ ਬੜਾ ਜ਼ਿਆਦਾ ਇਸ ਪਰਿਵਾਰ ਦੇ ਨਾਲ ਸਾਡਾ ਨਾਤਾ ਰਿਹਾ ਪਰ ਗੱਲ ਇੰਨੀ ਆ ਰਾਜ ਬੈਠਾ ਹੋਇਆ ਜੋ ਦੇਖ ਰਿਹਾ ਸੀ ਜੋ ਮਰਜ਼ੀ ਹੈ ਬਜ਼ੁਰਗ ਜਿਹੜੇ ਆ ਜਿੰਨਾ ਚਿਰ ਉਹ ਬੈਠੇ ਆ ਉਹਨਾਂ ਦੇ ਬੈਠਿਆਂ ਹੀ ਮੌਤ ਪੈਦਾ ਕਰ ਲਓ ਜਿੰਨਾ ਕਰਨਾ ਜਦੋਂ ਉਹ ਚਲੇ ਜਾਂਦੇ ਪਤਾ ਉਦੋਂ ਲੱਗਦਾ ਵੀ ਮਾਂ ਬਾਪ ਕੀ ਚੀਜ਼ ਠੀਕ ਆ ਪੂਰੀ ਲੰਬੀ ਉਮਰ ਭੋਗ ਕੇ ਗਏ ਨੇ ਜਾਣਾ ਸਭਨਾਂ ਨੇ ਅੱਜ ਜਿਹੜਾ ਘਾਟਾ ਰਾਜ ਨੂੰ ਪਿਆ ਬਹੁਤ ਵੱਡਾ ਘਾਟਾ ਪਰ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅਤੇ ਵਾਹਿਗੁਰੂ ਜੀ ਦੀ ਇੱਦਾਂ ਦੀ ਰੂਹ ਜਿਹਨੇ ਆ ਕੇ ਪਾਕਿਸਤਾਨ ਤੋਂ ਇੱਥੇ ਪਿਆਰ ਛੱਡਿਆ ਇੰਨੀ ਮਿਹਨਤ ਕੀਤੀ ਪਰ
निवास करते वाहेगुरु नूं अपने चरणां 'च निवास बख्शी पिछों परिवार नूं भाणा मन्नण दा बल बख्शी वाहेगुरु जी का खालसा वाहेगुरु जी की जुग जुग धन 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 श्री गुरु ग्रंथ साहिब महाराज के पावन पवित्र हजूरी च बैठी सात संगत जी माथे लगाओ वाहेगुरु जी का खालसा श्री वाहेगुरु जी की। अज आपां स्वर्गीय सरदार किशन सिंह जी के अंतिम अरदास में इकट्ठे हुए हैं। उन्होंने बारे च उन्हें गुरद्वारिया ने बहुत चंगे तरीके दस्या किस तरीके जो देश की वंड हुई तो उन्होंने उठों उठ के उजड़ के इधर आना पे कि औखा औकड़ा वाला चुनौतियां भरा समा से फिर दोबारा आके उन्होंने इतने अपने आप को स्थापित किया अपने परिवार को स्थापित किया। बहुत चंगा जीवन संघर्ष वाला जीवन जी के गए हैं। उसके नाल नाल ही मैं भी जरूर कहना चाहता कि परिवार ने भी उन्होंने बेटे सरदार गुरदास सिंह राज जी उन्होंने तो सारे उन्होंने भैन भरावान ने भी बहुत सेवा की है क्योंकि जाना सब नहीं होंगे कोई घट उम्र चाहता कोई बद उम्र चाहता लेकिन परिवार के बजुर्गों प्रति जो फर्ज होंगे वो बहुत महत्वपूर्ण है। इस परिवार ने अपने बजुर्गों प्रति फर्ज जोड़े है उन्होंने पूर्ति वो बहुत सियाणप नाल की है तो उन्होंने बहुत बड़ा योगदान सी पिछों परिवार भी आज हमने भी किसानी वास्ते किसानों नवी नवी आधुनिक चीज़ों में जोड़न लिए उस मिशन से उस लाइन पर चल रहे इलाके बहुत बड़ा नाम है परिवार का राज जी का लोग चाहे किसी भी पार्टी संबंधित हो किसी भी ऑर्गेनाइजेशन संबंधित हो इन्हों की सारे रिस्पैक्ट करते इज्जत करते सो मैं अपने वालों बजुर्गों स्वर्गीय सरदार किशन सिंह जी को श्रद्धांजलि भेंट करना शरदा के फल भेंट करना महाराज जी की अरदास करना कि उन्होंने अपने पवित्र चरणों में निवास देन ते पिछे परिवार को भाणा मन्नण का बल देन। वाहेगुरु जी का खालसा श्री वाहेगुरु जी पवित्र हजूरी कमेटी सरकार ने साधनी जी वाहेगुरु जी का खालसा श्री वाहेगुरु जी की फतेह। अज सरदार किशन सिंह जी जिहड़े कि अपनी संसारक यात्रा पूरी करके लोग सदा के उन्होंने अंतम अरदास जुड़ के बैठे हैं। सरदार किशन सिंह उन्होंने जिथे पाकिस्तान तो आ के खेती दल बहुत महारत हासिल की उत्थे अपनी सिंपलिसिटी भी जी उन्होंने जो सिंपल से ना सादापन से उन्होंने बरकरार रखी। बहुत घट लोग होंगे ने जदों शोहरत पाते हैं उपर जाते हैं तो असाधारण जुड़िया गलों या रहन रवाज के रीति रिवाज हो जाते हैं लेकिन उन्होंने जिथे आप उसे परिवार को एक अच्छा जीवन जीत का जो उन्होंने जरा तरीका जो सिखाया उन्होंने जान के नाल उन्होंने परिवार को बहुत बड़ा घाटा पड़ा लेकिन एक कुदरत सूर्य उन्हें गुरबाणी भी आता है जो आया सो चल सी सब हो वारी के नाल सब ने चले जाना होंगे कोई चंकी परिवारक जी सेहत जी वो छड़ के गए हैं उन्होंने परिवार भाजी गुरदास जी वो सारे उन्होंने परिवार जोड़ा वो भी उन्होंने लीहों के उत्ते ही चलते हुए उन्होंने जरा जो उन्होंने अपने आप को सोचा कि उन्होंने अपने परिवार के देखे मैं उस बजुर्ग को श्रद्धा के रूप भेट करना और परमात्मा की अरदास करना कि परमात्मा इन्होंने परिवार के उत्ते मेहरबान हाथ रखे और इन्होंने जरा कि सदमा यह सहन का बल और शक्ति दे वाहेगुरू जी का खालसा श्री वाहेगुरू जी सौ श्री अकाल गुरु महाराज ने दुखी के जो दीवान सजाए